ਸਾਡੇ ਬਾਲੀਵੁੱਡ ਸਟਾਰਸ ਦਾ ਨਾ ਬੜਾ ਚੰਗਾ ਐਕਟਿੰਗ ਤੇ ਕਰਦੇ ਕਰਦੇ ਨਾਲ ਆਪਣੇ ਦੂਸਰੇ ਸ਼ੌਂਕ ਵੀ ਪੂਰੇ ਕਰ ਲੈਂਦੇ ਨੇ। ਕੁਝ ਪ੍ਰੋਡਿਊਸਰਸ ਬਣ ਜਾਂਦੇ ਨੇ, ਕੁਝ ਸਿੰਗਰ ਬਣ ਜਾਂਦੇ ਨੇ, ਕੁਝ ਆਪਣਾ ਰੈਸਟੋਰੈਂਟ ਖੋਲ ਲੈਂਦੇ ਨੇ ਤੇ ਕੁਝ ਬਿਲਡਰ ਬਣ ਜਾਂਦੇ ਨੇ। ਇਸ ਤਰ੍ਹਾਂ ਹੀ ਸਾਡੀ ਬੋਲੀ ਪੰਜਾਬਣ ਯਾਨੀ ਰਿਚਾ ਚੱਡਾ ਹੁਣ ਨਜ਼ਰ ਆਣਗੀ ਡਾਇਰੈਕਟ ਕਰਦੇ ਹੋਏ। ਹਾਂਜੀ, ਹੁਣ ਨਜ਼ਰ ਆਣਗੇ ਕੈਮਰੇ ਦੇ ਪਿੱਛੇ ਇੱਕ ਸ਼ਾਰਟ ਫਿਲਮ ਨੂੰ ਡਾਇਰੈਕਟ ਕਰਦੀ ਹੋਈ, ਜਿਹਦੇ ਵਿੱਚ ਨਜ਼ਰ ਆਣਗੇ ਅਲੀ ਫੈਜ਼ਲ, ਆਧਾਰ ਮਲਿਕ ਤੇ ਸੱਤਿਆਜੀਤ ਦੁਬੇ। ਮਤਲਬ ਮੈਂ ਸੋਚ ਰਿਹਾ ਕਿ ਜੇ ਬੋਲੀ ਪੰਜਾਬਣ ਦਾ ਅਵਤਾਰ ਉਹਨਾਂ ਨੇ ਕੈਮਰੇ ਦੇ ਪਿੱਛੇ ਲੈ ਲਿਆ ਤੇ ਐਕਟਰਸ ਨੂੰ ਬਹੁਤ ਦਿੱਕਤ ਹੋਣ ਵਾਲੀ ਹੈ, ਨਾ ਐਕਟਿੰਗ ਨਿਕਲੇਗੀ ਉਤੋਂ, ਬੋਲੀ ਪੰਜਾਬਣ ਡਰਾਏਗੀ ਵੱਖਰਾ। ਰਿਚਾ ਚੱਡਾ ਦੀ ਬੈਸਟ ਫਰੈਂਡ ਜੋ ਕਿ ਇਹ ਮੂਵੀ ਨੂੰ ਪ੍ਰੋਡਿਊਸ ਕਰੇਗੀ ਵਿਸ਼ਾਖਾ ਸਿੰਘ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ ਤੇ ਦੱਸਿਆ ਹੈ ਕਿ ਇਹ ਫਿਲਮ ਦੱਸੇਗੀ ਕਿਸ ਤਰ੍ਹਾਂ 2025 ਦੇ ਵਿੱਚ ਸਾਨੂੰ ਇਨਵਾਇਰਮੈਂਟ ਦੇ ਰਿਗਾਰਡਿੰਗ ਮੁਸੀਬਤਾਂ ਫੇਸ ਕਰਨੀ ਪੈਣਗੀਆਂ। ਮਤਲਬ ਜੋ ਹਾਲਾਤ ਚੱਲ ਰਹੇ ਨੇ, ਇਹ ਬਹੁਤ ਜ਼ਰੂਰੀ ਹੈ ਕਿ ਇਹੋ ਜਿਹੀ ਮੂਵੀਜ਼ ਹੋਰ ਬਣਨ। ਤੇ ਰਿਚਾ ਚੱਡਾ ਨੂੰ ਜਦੋਂ ਇਹ ਸ਼ਾਰਟ ਫਿਲਮ ਡਾਇਰੈਕਟ ਕਰਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਕੁਝ ਸ਼ਾਰਟ ਫਿਲਮ ਪ੍ਰੋਡਿਊਸ ਤੇ ਕੀਤੀ ਹੈ, ਲੇਕਿਨ ਇਹ ਪਹਿਲੀ ਵਾਰੀ ਹੋਏਗਾ ਕਿ ਉਹ ਡਾਇਰੈਕਟ ਕਰਦੀ ਨਜ਼ਰ ਆਣਗੀ। ਮੈਂ ਆਪ ਬਹੁਤ ਐਕਸਾਈਟਿਡ ਹਾਂ ਉਹਨਾਂ ਨੂੰ ਐਜ਼ ਅ ਡਾਇਰੈਕਟਰ ਦੇਖਣ ਲਈ। ਤੁਸੀਂ ਪੂਰੀ ਖਬਰ ਪੜ੍ਹਨ ਲਈ ਜਾਓ ਖਬਰੂ.com ਤੇ, ਔਸਮ ਵੀਡੀਓਜ਼ ਦੇਖਣ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਤੇ ਮੈਂ ਜਲੰਧਰ ਅਗਲੀ ਖਬਰ ਦੀ ਤਿਆਰੀ ਕਰਨ, ਕਮੈਂਟਸ 'ਚ ਫੀਡਬੈਕ ਜ਼ਰੂਰ ਦਿੰਦੇ ਰਹੋ। ਖਬਰੂ.com ਪੰਜਾਬ ਦਾ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।